ਅਕਾਲ ਜੀ ਸਾਰਿਆਂ ਨੂੰ। ਅੱਜ ਜੀ ਆਪਣੇ ਪਿੰਡ ਨਗਰ ਕੀਰਤਨ ਹੈ ਜੀ, ਅਤੇ ਆਪਣੇ ਇੱਥੇ ਪੜਾਗ ਹੈ ਜੀ, ਅਤੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਜੀ। ਮੈਂ ਤੁਹਾਨੂੰ ਦਿਖਾਉਣਾ ਜੀ, ਨਗਰ ਕੀਰਤਨ ਵੀ ਦਿਖਾਊਂਗਾ, ਸੇਵਾਦਾਰ ਵੀ ਦਿਖਾਊਂਗਾ ਵੀ ਕਿਵੇਂ ਸੇਵਾ ਕਰਦੇ ਨੇ। ਅਤੇ ਆ ਜਾਓ ਜੀ, ਮੈਂ ਤੁਹਾਨੂੰ ਨਾਲ ਨਾਲ ਦਿਖਾਉਣਾ ਜੀ। ਆਹ ਦੇਖੋ ਜੀ, ਇੱਥੇ ਆਪਣੇ ਪੜਾ ਲੱਗਣਾ ਜੀ, ਇੱਥੇ ਨਗਰ ਕੀਰਤਨ ਨੇ ਆਉਣਾ ਜੀ। ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਚਾਚਾ ਜੀ ਨੇ ਜੀ, ਅਤੇ ਇੱਥੇ ਜੀ ਪੜਾ ਲੱਗਣਾ ਜੀ। ਇੱਥੇ ਆਹ ਦੇਖੋ ਜੀ, ਜੀ ਆਇਆਂ ਨੂੰ ਮੁੰਡਿਆਂ ਨੇ ਲਿਖਤਾ, ਅਤੇ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਜੀ। ਇਹ ਆਹ ਦੇਖੋ, ਆਹ ਜੀ ਆਇਆਂ ਨੂੰ ਜੀ ਲਿਖਤਾ ਜੀ, ਅਤੇ ਇੱਧਰ ਦੀ ਆਉਣਾ ਜੀ ਨਗਰ ਕੀਰਤਨ, ਇੱਧਰ ਦੀ ਆਉਣਾ ਜੀ, ਅਤੇ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ। ਆਹ ਦੇਖੋ ਜੀ, ਇਹ ਆਹ ਦੇਖੋ ਜੀ, ਐਂ ਪੂਰਾ ਵਧੀਆ ਸਵਾਗਤ ਕਰਨਾ ਜੀ ਆਪਾਂ ਸੰਗਤ ਨੇ, ਮੇਰਾ ਕਹਿਣ ਦਾ ਮਤਲਬ, ਸੌਰੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ। ਵਾਹ, ਇਹ ਵੀ ਸਾਡੇ ਸੇਵਾਦਾਰ ਨੇ ਜੀ। ਤੁਹਾਨੂੰ ਆਪਾਂ ਹੋਰ ਵੀ ਦਿਖਾਉਣੇ ਆ ਜੀ, ਵੀ ਆਪਣੇ ਇੱਥੇ ਪੜਾਅ 'ਚ ਕਾਹਦਾ ਲੰਗਰ ਆ ਜੀ, ਉਹ ਵੀ ਤੁਹਾਨੂੰ ਮੈਂ ਦਿਖਾਉਣਾ, ਅਤੇ ਆ ਜੀ ਤੁਹਾਨੂੰ ਨਾਲ ਨਾਲ ਲੈ ਕੇ ਚੱਲਦੇ ਹਾਂ। ਆਹ ਦੇਖੋ, ਸਤਿ ਸ਼੍ਰੀ ਅਕਾਲ, ਚਲੋ ਚੱਕੋ ਜੀ, ਧਰ ਦੇ ਧਰ ਦੇ, ਡਿੱਗਣ ਤੋਂ ਬਚਾ ਕੇ, ਨਾ ਨਾ ਡਿੱਗਣ ਦਿੰਦੇ। ਆ ਸੰਗਤ ਦੇ ਬੈਠਣ ਵਾਸਤੇ ਵਿਛਾਤੇ ਜੀ, ਬਲੀਚੇ ਅਤੇ ਪੱਲੜ, ਅਤੇ ਇੱਥੇ ਆਪਣੇ ਪੜਾ ਜੀ, ਅਤੇ ਇੱਥੇ ਬਿਸਕੁਟਾਂ ਦਾ ਲੰਗਰ ਲਾਉਣਾ ਜੀ, ਇੱਥੇ ਬਿਸਕੁਟਾਂ ਦਾ ਲੰਗਰ ਹੈ ਜੀ। ਆਹ ਦੇਖੋ ਜੀ, ਸਾਰਾ ਕੁਛ ਤਿਆਰ ਪਿਆ ਜੀ, ਨਗਰ ਨਗਰ ਕੀਰਤਨ ਇੱਧਰ ਆਉਣ ਵਾਲਾ ਜੀ, ਅਤੇ ਇੱਧਰ ਚਾਹ ਵੀ ਬਣੀ ਜਾਂਦੀ ਹੈ ਜੀ, ਅਤੇ ਸਾਰੇ ਆਹ ਦੇਖੋ ਜੀ, ਚਾਹ ਤਿਆਰ ਹੋਈ ਜਾਂਦੀ ਹੈ ਜੀ, ਬਾਕੀ ਆ ਸਾਰਾ ਤਿਆਰ ਆ ਜੀ, ਜਦੋਂ ਵੀ ਨਗਰ ਕੀਰਤਨ ਆ ਗਿਆ ਤਾਂ ਇਹ ਵਰਤਾ ਦੇਣਾ ਜੀ। ਅਤੇ ਹੁਣ ਤੁਹਾਨੂੰ ਨਗਰ ਕੀਰਤਨ ਵੀ ਦਿਖਾਵਾਂਗੇ। ਜਿਸ ਨਗਰ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਅੰਮ੍ਰਿਤ ਸੰਚਾਰ ਹੋਇਆ, ਗੁਰੂ ਜੀ ਸਾਹਿਬ ਨੂੰ ਅੱਜ ਸਿੰਘ ਸਾਹਿਬਾਨਾਂ ਨੇ ਪੰਜ ਪਿਆਰਿਆਂ 'ਚ ਸ਼ਾਮਿਲ ਹੋ ਕੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਦੀ ਚਲਾਈ ਕਿਰਪਾਨੀ ਮਰਜ਼ਾਦਾ ਅਨੁਸਾਰ ਅੰਮ੍ਰਿਤ ਵਿਰਾਗੀਆਂ ਨੂੰ ਖੰਡੇ ਦੀ ਬਬਲ ਮੰਗੀ ਹੈ। ਅੰਮ੍ਰਿਤ ਵਿਰਾਗੀ ਖੰਡੇ ਮਾਤਾ ਦਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਬਣੇ ਹੈ, ਬੜੇ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿ ਦਿੱਤਾ। ਇਸੇ ਪ੍ਰਚਾਰ ਤੋਂ ਸਿੱਖ ਕੇ ਅਸੀਂ ਜ਼ਿੰਦਗੀ ਜਿਉਣ ਦੀ ਜਾਂਚ ਸਿੱਖਣੀ ਹੈ ਕਿ ਸਾਡੇ ਵੱਡ ਵਡੇਰੇ ਸਾਡੀ ਖਾਤਰ ਕੀ ਕਰ ਗਏ ਤੇ ਅਸੀਂ ਲੋਕ ਅੱਜ ਕਿੱਥੇ ਖਲੋਤੇ ਹਾਂ। ਆਓ ਗੁਰਮੁਖ ਪਿਆਰੇ, ਕਲਗੀ ਸਰਦ ਸ਼ਮੇਸ਼ ਪਿਤਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ, ਬਾਜਾ ਮਾਲੇ ਤੋਂ ਜੀ ਪ੍ਰੀਤਮ ਦੀ ਤਸਵੀਰ ਕਦੇ ਹਿੱਸੇ ਦੇ ਵਿੱਚ ਵਸਾ ਕੇ ਫੀਲ ਕਰੀਏ ਕਿ ਆਪਣਾ ਪਰਿਵਾਰ ਛੱਡਣਾ ਕਿੰਨਾ। ਬਹੁਤ ਭੀੜ ਹੈ ਜੀ, ਬਹੁਤ ਰਸ਼ ਹੈ, ਅਤੇ ਨਗਰ ਕੀਰਤਨ ਆ ਦੇਖੋ ਜੀ, ਆ ਪੰਜ ਪਿਆਰੇ ਜੀ, ਬਹੁਤ ਲਗਭਗ ਸਾਰਾ ਮੰਡੀ ਹੈ ਜੀ। ਚੰਗੀ ਗੱਲ ਹੈ ਜੀ। ਜੀ ਹੁਣ ਆਪਾਂ ਗੁਰੂ ਘਰ ਆ ਗਏ ਜੀ, ਗੁਰੂ ਘਰ ਬਰੈਡਾਂ ਦਾ ਲੰਗਰ ਛੱਡੀ ਜਾਂਦੇ ਜੀ, ਅਤੇ ਸਾਰੇ ਛੱਡੀ ਜਾਂਦੇ ਆ ਜੀ, ਬਰੈਡ ਅਤੇ ਚਾਹ ਦਾ ਲੰਗਰ ਹੈ ਜੀ, ਸਾਰੇ ਛੱਡੀ ਜਾਂਦੇ ਆ, ਸੰਗਤ ਵਾਹਵਾ ਹੈ ਜੀ। ਉਹਨੇ
ਆਉਣ